ਜਿਵੇਂ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਲਈ ਤਰੀਕਾਂ ਨੇੜੇ ਆ ਰਹੀਆਂ ਨੇ, ਉਵੇਂ ਉਵੇਂ ਸਾਰੇ ਵਰਗਾਂ 'ਚ ਤਿਆਰੀਆਂ ਪੁਰਜ਼ੋਰ ਚੱਲ ਰਹੀਆਂ ਨੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਿੱਥੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਹੋਣ ਵਾਲੇ ਸਮਾਗਮਾਂ ਦੀ ਸਮੀਖਿਆ ਕੀਤੀ ਗਈ, ਉੱਥੇ ਇਹ ਵੀ ਦੱਸਿਆ ਕਿ 24 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਡੇਰਾ ਬਾਬਾ ਨਾਨਕ 'ਚ ਪਹੁੰਚ ਕੇ ਕਰਤਾਰਪੁਰ ਕੋਰੀਡੋਰ ਦਾ ਜਾਇਜ਼ਾ ਲੈਣ ਲਈ ਬਟਾਲਾ ਪਹੁੰਚਣਗੇ ਅਤੇ ਹੋਣ ਵਾਲੀ ਕੈਬਨਿਟ ਮੀਟਿੰਗ 'ਚ ਵੀ ਸ਼ਾਮਿਲ ਹੋਣਗੇ। ਇਸ ਮੀਟਿੰਗ ਦੌਰਾਨ ਗੁਰਦਾਸਪੁਰ ਦੇ DC ਵਿਪੁਲ ਉਜਵਲ ਵੀ ਮੌਜੂਦ ਸਨ। ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ 24 ਤਰੀਕ ਨੂੰ ਕੈਪਟਨ ਸਾਹਿਬ ਮੁੱਖ ਮੰਤਰੀ ਸਾਹਿਬ ਆਪ ਇੱਥੇ ਵਿਜ਼ਿਟ ਕਰਨ ਆ ਰਹੇ ਨੇ, ਦੁਬਾਰਾ ਸਾਰੇ ਰਿਵਿਊ ਕਰਨਗੇ। ਅੱਜ ਜਿਹੜੀ ਅਸੀਂ ਵੱਖ ਵੱਖ ਸੈਕਟਰ ਵਾਈਜ਼ ਡਿਊਟੀਆਂ ਲਾ ਦਿੱਤੀਆਂ ਨੇ, ਪਾਰਕਿੰਗ ਜਿਹੜੀ ਉਹਦੇ ਬਾਰੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਿਹੜਾ ਉਹਨਾਂ ਬਾਰੇ ਸਾਰੀ ਸਾਡੀ ਆਪਣੀ ਤਕਰੀਬਨ ਆਲਮੋਸਟ ਅਸੀਂ ਸਾਰਾ ਹੀ ਤੁਸੀਂ ਵੀ ਦੇਖਦਾ ਕਿ ਜਿਹੜੇ ਸੈਕਟਰ ਜਿਹੜੇ ਬਣਾਏ ਨੇ ਉਹਨਾਂ ਦੇ ਇੰਚਾਰਜ ਲਾ ਕੇ, ਹਰ ਸੈਕਟਰ ਦਾ ਇੱਕ ਇੰਚਾਰਜ ਹੋਏਗਾ, ਉਹਦੇ ਨਾਲ ਉਹਦਾ ਸਟਾਫ ਹੋਏਗਾ, SSP ਸਾਹਿਬ ਜਿਹੜੇ ਉਹ ਟ੍ਰੈਫਿਕ ਦਾ ਜਾਂ ਹੋਰ ਜਿਹੜੀ ਸਾਰੀ ਅਸੀਂ ਅੱਜ ਉਹਦੇ ਕਰਦੇ ਅਤੇ ਕੱਲ੍ਹ ਫਿਰ ਸ਼ਾਮ ਨੂੰ ਇਹ ਰਿਵਿਊ ਜਿਹੜਾ ਇਹਦੇ 'ਤੇ ਦੁਬਾਰਾ DC ਸਾਹਿਬ ਕਰਨਗੇ। ਅੱਜ ਜਿਹੜੀ ਔਰ ਜਿਹੜੇ ਟਾਈਮ ਬਾਉਂਡ ਹੋਏਗਾ ਕਿ ਰਿਸਪੋਂਸੀਬਿਲਿਟੀ ਫਿਕਸ ਕਰ ਦਿੱਤੀ ਹੈ ਅਤੇ ਕਿਸ ਔਫੀਸਰ ਨੇ ਕਿੱਥੇ ਬੈਠਣਾ, ਕਿਵੇਂ ਕਰਨਾ, ਔਰ 30 ਨਵੰਬਰ ਤੱਕ ਸਾਰੀਆਂ ਉਹਨਾਂ ਦੀਆਂ ਛੁੱਟੀਆਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ। 17 ਸਕੂਲ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਬਿਲਡਿੰਗਸ ਲੈ ਲਈਆਂ ਨੇ ਉਹਨਾਂ ਦੇ ਜਿਹੜੇ 15 ਤੱਕ ਜਿਹੜੀ 1 ਤੋਂ ਲੈ ਕੇ 15 ਤੱਕ ਸਕੂਲ ਜਿਹੜੇ ਨੇ ਬੰਦ ਰਹਿਣ। ਉਹਨਾਂ ਦੇ ਟੀਚਰਸ ਦੀ ਵੀ ਡਿਊਟੀ ਲਾਈ ਜਾਏਗੀ ਕਿ ਉਹਨਾਂ ਨੂੰ ਟੀਚਰਸ ਦੀ ਸਕੂਲਾਂ 'ਚ ਛੁੱਟੀ ਨਹੀਂ ਹੋਏਗੀ, ਬੱਚਿਆਂ ਦੀ ਜ਼ਰੂਰ ਹੋਏਗੀ। ਇਹ ਸਾਰੀਆਂ ਚੀਜ਼ਾਂ ਕਰਕੇ ਕਿ ਜਿਹੜੀ 5000 ਆਰਮੀ ਪੁਲਿਸ ਦਾ ਆਉਣਾ ਉਹਨਾਂ ਦੇ ਠਹਿਰਨ ਦਾ ਪ੍ਰੋਗਰਾਮ, ਬਾਕੀ ਜਿਹੜੇ ਜਿਹੜੇ ਬਾਹਰੋਂ ਕੋਈ ਹੋਰ ਲੋਕ ਆਉਣੇ ਉਹਨਾਂ ਦੇ ਠਹਿਰਨ ਦਾ, ਟੈਂਟ ਸਿਟੀ ਜਿਹੜੀ ਬਣ ਰਹੀ ਹੈ ਉਹਦਾ ਪੰਡਾਲ ਜਿਹੜਾ ਬਣ ਰਿਹਾ ਉਹ ਸਾਰਾ ਕੁਝ ਉਹਦਾ ਅੱਜ ਰਿਵਿਊ ਕੀਤਾ ਗਿਆ। ਉਹ ਐਂਟਰੀ ਜਿਹੜੀ ਆ ਅਸੀਂ ਔਨਲਾਈਨ ਕਰਾਂਗੇ, ਨਾਲ ਹੀ ਅਸੀਂ ਇੱਕ ਔਨਲਾਈਨ ਇਹ ਵੀ ਕਰਨ ਲੱਗੇ ਕਿ ਕਿੱਥੋਂ ਇਨਫੋਰਮੇਸ਼ਨ ਲੈਣੀ ਆ, ਉਹ ਵੀ ਸਾਡੀ ਕੱਲ੍ਹ ਤੱਕ ਅਸੀਂ ਉਹਦਾ ਵੀ ਜਿਹੜੇ ਸਾਡੇ GA ਨੇ ਉਹਨਾਂ ਦੇ ਉਹਨਾਂ ਦਾ ਜਿਹੜੇ ਲਾ ਦਿੱਤੀ ਗਈ ਆ ਅਤੇ ਉਹ ਆਫਿਸ ਉਹਨਾਂ ਦਾ ਕੱਲ੍ਹ ਇਸਟੈਬਲਿਸ਼ ਹੋ ਜਾਏਗਾ। ਪਰਸੋਂ ਸਵੇਰ ਤੱਕ ਹੋਰ ਸਾਰੀਆਂ ਚੀਜ਼ਾਂ ਅਸੀਂ ਔਨਲਾਈਨ ਕਰ ਦੇਵਾਂਗੇ। ਉੱਥੇ ਪੂਰਾ ਪੋਰਟਲ ਹੋਏਗਾ ਕਿ ਕਿੱਥੇ ਤੁਸੀਂ ਜਾਣਾ, ਕਿਵੇਂ ਆਉਣਾ, ਕਿਸ ਰੋਡ ਤੋਂ, ਕਿਸ ਪਾਸੇ ਤੋਂ, ਕਿਸ ਕਿਹੜੀ ਸਿਟੀ ਤੋਂ ਤੁਸੀਂ ਆ ਰਹੇ ਹੋ ਅਤੇ ਉਹਨੂੰ ਕਿਵੇਂ ਤੁਸੀਂ ਡੇਰਾ ਬਾਬਾ ਨਾਨਕ ਨੂੰ ਲਿੰਕ ਕਰੋਗੇ, ਉਹ ਸਾਡਾ ਪਰਸੋਂ ਤੱਕ ਸਭ ਕੁਝ ਸਟਾਰਟ ਹੋ ਜਾਵੇਗਾ। ਹੈਲਪਲਾਈਨ ਨੰਬਰ 3 ਨੰਬਰ ਹੋਣਗੇ, 1 ਲੈਂਡਲਾਈਨ ਹੋਏਗਾ, 2 ਮੋਬਾਈਲ ਨੰਬਰ ਹੋਣਗੇ, ਉਹ ਸਾਰਾ ਕੁਝ ਅਸੀਂ ਜੇ ਹੋਰ ਵੀ ਵਧਾਉਣੇ ਪਏ ਮੇਰੇ ਖਿਆਲ ਅਸੀਂ 2 ਦੀ ਬਜਾਏ 4 ਵੀ ਕਰ ਸਕਦੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।